ਸਵਾਗਤ ਆ ਦੋਸਤੋ ਆਜ਼ਾਦ ਡੈਰੀ ਫਾਰਮ ਦੇ ਵਿੱਚ। ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਹੈ। ਸਾਡਾ ਮੋਬਾਈਲ ਨੰਬਰ 9780205013। ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਤਹਿਸੀਲ ਨੂੰ ਬਾਗਾ ਪੁਰਾਣਾ ਪੈਂਦਾ ਜ਼ਿਲ੍ਹਾ ਮੋਗਾ ਦੀ। ਦੋਸਤੋ ਅੱਜ ਦੀ ਵੀਡੀਓ ਵਿੱਚ ਬਾਈ ਕੋਲ ਚਾਰ ਨਾਗ ਵਕਾਊ ਹੈ ਜਿਹੜੇ ਸਾਹਮਣੇ ਸਕਰੀਨ 'ਤੇ ਦੇਖ ਰਹੇ ਹੋ। ਦੋ ਬੱਚੀਆਂ ਹੈ, ਖੀਰੀਆਂ ਬੱਚੀਆਂ, ਇਹਦੇ ਬਾਰੇ ਵੀ ਡਿਟੇਲ ਲੈਂਦੇ ਆ। ਇੱਕ ਸੱਜਰ ਸੂਈ ਵਿਹੜ ਆ, ਚੰਗੇ ਦੁੱਧ ਵਾਲੀ, ਚੰਗੇ ਕੱਦ ਕਾਠ ਵਾਲੀ ਆ, ਚੰਗਾ ਹਵਾਨਾ ਤਿਆਰ ਕੀਤਾ ਮਗਰ ਬੱਚਾ ਵੀ ਆ। ਪੂਰੀ ਇਨਫੋਰਮੇਸ਼ਨ ਬਾਈ ਤੋਂ ਲੈ ਦਿੰਦੇ ਆ, ਜਾਣਕਾਰੀ ਲੈ ਦਿੰਦੇ ਆ, ਪੂਰੀ ਗੱਲਾਂ ਬਾਤਾਂ ਬਾਈ ਨਾਲ ਕਰਦੇ ਆ। ਆ ਜੀ ਬਾਈ, ਸਤਿ ਸ੍ਰੀ ਅਕਾਲ ਬਾਈ। ਸਤਿ ਸ੍ਰੀ ਅਕਾਲ ਜੀ। ਨਾਮ ਤੇ ਐਡਰੈਸ ਦੱਸ ਦੇ ਬਾਈ। ਨਾਮ ਬਾਈ ਮੇਰਾ ਅੰਗਰੇਜ਼ ਆ, ਪਿੰਡ ਸੰਗਤਪੁਰਾ, ਜ਼ਿਲ੍ਹਾ ਮੋਗਾ, ਤਹਿਸੀਲ ਬਾਗਾ ਪੁਰਾਣਾ। ਠੀਕ ਆ ਬਾਈ। ਮੋਬਾਈਲ ਨੰਬਰ ਬੋਲਦੀ 9874-5597। ਠੀਕ ਆ ਬਾਈ। ਦੋਸਤੋ ਬਾਈ ਦਾ ਮੋਬਾਈਲ ਨੰਬਰ ਥੱਲੇ ਪਾਸੇ ਚੱਲਦਾ ਸਕਰੀਨ ਤੇ। ਕਈ ਵੀਰ ਭੈਣ ਮੈਨੂੰ ਫੋਨ ਲਾ ਲੈਂਦੇ ਭੁਲੇਖੇ ਨਾਲ ਵੀ, ਤਾਂ ਕਰਕੇ ਜਿਹੜਾ ਵੀ ਤੁਸੀਂ ਜਾਨਵਰ ਲੈਣਾ ਇਹਨਾਂ 'ਚ ਜਾਨਵਰ ਪਸੰਦ ਆਵੇ ਉਹਦੇ ਲਈ ਤੁਸੀਂ ਬਾਈ ਨਾਲ ਸੰਪਰਕ ਕਰਨਾ। ਬਾਈ ਦਾ ਨੰਬਰ ਥੱਲੇ ਪਾਸੇ ਚੱਲਦਾ। ਇੱਕ ਨੰਬਰ ਤੋਂ ਸ਼ੁਰੂ ਕਰ ਲਈਏ ਬਾਈ, ਇੱਕ ਨੰਬਰ ਡਿਟੇਲ ਇਹਦੀ ਦੱਸੀ ਵੀ ਇਹ ਕਿੰਨਵਾ ਸੂਆ ਸੂਈ ਆ। ਇਹ ਵੀਰ ਦੂਜਾ ਸੂਆ ਸੂਈ ਆ, ਅੱਜ ਤੀਜਾ ਦਿਨ ਆ ਸੂਈ ਨੂੰ। ਤੀਜਾ ਦਿਨ ਸੂਈ ਨੂੰ? ਹਾਂਜੀ। ਠੀਕ ਆ। ਤੇ ਇਸ ਟਾਈਮ ਕਿੰਨਾ ਦੁੱਧ ਮੰਗਦੇ ਜਾਂ ਬੋਲਾ ਮੰਨ ਲਗੇ ਬਾਈ? ਹੁਣ ਚਾਹੇ ਬੋਲਾ ਮੰਨ ਲਓ ਚਾਹੇ ਦੁੱਧ ਮੰਨ ਲਓ, ਹਾਂਜੀ ਇਸ ਟਾਈਮ ਅੱਜ ਤੀਜਾ ਦੇਣਾ ਬੱਚੇ ਦਾ ਨਾੜੂਆ ਨਾਲ ਆ। ਠੀਕ ਹੈ। 14 ਲੀਟਰ ਇਸ ਟਾਈਮ ਡੱਬੇ ਮਾਰ ਕੇ ਦਊਗਾ। ਜਿਹੜਾ ਵੀਰ ਲਊਗਾ 2 ਡੰਗ 4 ਡੰਗ ਮੇਰੇ ਘਰੇ ਚੋ ਸਕਦਾ। ਅੱਛਾ, 2 ਡੰਗ 4 ਡੰਗ ਦਾ ਕਰਮ ਵਾਲੀ ਦਾ ਕੋਈ ਅੰਤ ਨਹੀਂ। ਬੱਚਾ ਖੜਾ ਮੂਰੇ ਬੰਨ ਇੱਥੇ ਆਈ ਚੂਲ ਬਸ। ਠੀਕ ਆ। ਇੰਨੀ ਸੀਲ ਸਾਊ ਅੱਛੀ ਨਹੀਂ ਮਿਲਣੀ। ਠੰਡੀ ਸੀਲ ਬਹਿ ਜਾ, ਕੋਈ ਨਾ ਹੋ ਜਾ ਨੇੜੇ ਹੋ ਕੇ ਦਿਖਾ ਦਿੰਦੇ ਹਾਂ। ਬਹਿ ਜਾ ਬਹਿ ਜਾ, ਨਾ ਹੋਏ ਦਿਖਾ ਰਹੇ ਆ। ਥਣ ਸੋਹਣੇ ਲੱਗੇ ਹੋਏ, ਚਾਰੇ ਥਣ ਆ। ਕੈਮਰਾ ਆਪਾਂ ਕਲੋਜ਼ ਕਰਤਾ। ਸੱਜਰ ਸੂਈਏ ਬੱਚਾ ਨਾਲ ਆ, ਤੀਜਾ ਦੇਣਾ। 14 ਲੀਟਰ ਬਾਈ ਇਹਨਾਂ ਮੇਰੇ ਘਰੇ 2 ਟਾਈਮ ਚਲੋ 4 ਟਾਈਮ ਚਲੋ ਤਸੱਲੀ ਕਰ ਲਓ। ਕੱਦ ਕਾਠ ਵੀ ਸੋਹਣਾ ਹੈਗਾ, ਚੰਗੇ ਵਜਨ ਦੀ ਆ। ਬਾਕੀ ਬੱਚਾ ਵੀ ਮਗਰ ਸੁਨੱਖਾ ਹੈਗਾ, ਨਾੜੂਆ ਨਾਲ ਨਾੜੂਆ ਤੁਹਾਨੂੰ ਦਿਖਾ ਦਿੰਦੇ ਹਾਂ, ਦੇਖ ਸਕਦੇ ਮਗਰ ਵਛਾ ਬਾਈ। ਕਈ ਵਾਰ ਨਾ ਵੀਰ ਭੁਲੇਖੇ 'ਚ ਫੋਨ ਪੁੱਛੀ ਜਾਂਦੇ ਆ ਮਗਰ ਵਛਾ ਬਾਈ। ਠੀਕ ਆ ਵਛਾ ਦੋਸਤੋ, ਪਰ ਬੱਚੀ ਹੁੰਦੀ ਸੁਨੱਖੀ ਬਹੁਤ ਹੋਣੀ ਸੀ। ਚਲੋ ਵਛਾ ਹੈਗਾ, ਤੋਰ ਕੇ ਦਿਖਾ ਦਿਓ। ਮੂੰਹ ਮੱਥਾ ਵੀ ਦਿਖਾ ਦਿੰਦੇ ਆ। ਜਾਤ ਕੁਆਲਿਟੀ ਫੁੱਲ ਆ, ਛੋਟੇ ਕੰਨਾਂ ਦੀ ਆ, ਬਲੈਕ ਕਲਰ 'ਚ ਜ਼ਿਆਦਾ ਪੈਂਦੀ ਆ। ਫੈਕਸ ਆਰਡਰ ਦੀ ਆ ਦੋਸਤੋ, ਫੈਕਸ ਆਰਡਰ ਜਿਵੇਂ ਫਾਰਮ ਵਾਲੀ ਵੈਟ ਦਾ ਆਰਡਰ ਹੁੰਦਾ ਉਸ ਹਿਸਾਬ ਨਾਲ ਹਵਾਨਾ ਤਿਆਰ ਕਰਿਆ ਹੋਇਆ ਹੈਗਾ। ਹਵਾਨਾ ਤੁਹਾਨੂੰ ਨੇੜੇ ਤੋਂ ਵੀ ਦਿਖਾਵਾਂਗੇ, ਬੋਰਡ ਲੈਂਗੇ, ਕੱਦ ਕਾਠ ਵੀ ਚੰਗਾ ਹੈਗਾ। ਵੀਡੀਓ ਆਪਾਂ ਜ਼ਿਆਦਾ ਲੰਬੀ ਨਹੀਂ ਕਰਨੀ, 2 ਗੱਲਾਂ ਬਾਤਾਂ ਹੀ ਕਰਾਂਗੇ, ਜਲਦੀ ਜਲਦੀ ਇਨਫੋਰਮੇਸ਼ਨ ਤੁਹਾਨੂੰ ਲੈ ਲਾਂਗੇ। ਮੁੱਲ ਦੀ ਵੀ ਇਹਦੀ ਪ੍ਰਾਈਸ ਦੀ ਗੱਲਬਾਤ ਕਰਦਾ, ਬਾਕੀ ਹਵਾਨੇ ਤੇ ਤੁਹਾਨੂੰ ਬਰੀਕ ਬਰੀਕ ਰੇਂਜ ਜ਼ਰੂਰ ਦੇਖੇ ਜਾਣਗੀਆਂ, ਉਹ ਕੈਮਰਾ ਕਲੋਜ਼ ਕਰਕੇ ਤੁਹਾਨੂੰ ਦਿਖਾ ਦਿੰਦੇ ਬਾਲਿਆਂ ਤੋਂ ਤੋਰ ਕੇ ਤੁਹਾਨੂੰ ਦਿਖਾ ਦਿੱਤੀ। ਕੱਦ ਕਾਠ ਤੋਂ ਅੰਦਾਜ਼ਾ ਲਾ ਲਓ, ਹਵਾਨੇ ਤੋਂ ਅੰਦਾਜ਼ਾ ਲਾ ਲਓ, ਹਵਾਨਾ ਤੁਹਾਨੂੰ ਦਿਖਾ ਦਿੰਦੇ, ਪਿੱਛੇ ਤੋਂ ਵੀ ਦਿਖਾ ਦਿੰਦੇ। ਠੰਡੀ ਸੀਲ ਫੁੱਲ ਦੇਖ ਸਕਦੇ, ਚਾਰੇ ਥਣ ਲੱਗੇ ਹੋਏ ਆ ਇੱਕੋ ਜਿਹੇ, ਠੰਡੀ ਬਹੁਤ ਮਾਰਦੇ ਲੇਵਰ। ਠੀਕ ਆ ਬਾਈ, ਦੁੱਧ ਹੀ ਆ ਬਾਈ, ਲੇਵੇ 'ਚ ਭਾਲ ਨਹੀਂ ਕਹਿ ਸਕਦੇ ਆਪਾਂ ਪੂਰਾ। ਠੀਕ ਆ ਬਾਕੀ ਬਾਈ, ਨਾ ਭਾਵੇਂ 2 ਟਾਈਮ ਚਲੋ ਮੇਰੇ ਕੋਲ, ਭਾਵੇਂ 4 ਟਾਈਮ ਚਲੋ, ਤਸੱਲੀ ਕਰ ਲਓ, ਚਾਰੇ ਥਣ ਇੱਕੋ ਜਿਹੇ। ਇਹਦਾ ਬਾਈ ਮੁੱਲ ਰੇਟ ਦੀ ਗੱਲ ਕਰਕੇ ਤਾਂ ਰੇਟ ਦੱਸ ਦਈਦਾ, ਕਿੰਨਾ ਰੱਖਦਾ ਬਾਈ? ਮੁੱਲ ਵੀਰ ਹੈਗਾ 60,000 ਰੁਪਇਆ। 60,000 ਰੁਪਇਆ? ਹਾਂ। ਇਹਦੇ 'ਚ ਮਾਨਤਾਨ ਹੋ ਜੂਗਾ? ਮਾਨਤਾਨ ਬਾਈ ਹੋਊਗਾ 2,000 ਦਾ। ਅੱਛਾ, 2,000 ਦਾ? ਹਾਂ, ਫੈਕਸ ਰੇਟ ਹੀ ਆ। ਅੱਛਾ, ਮੁੱਲ ਬਾਈ ਨੇ 60,000 ਕਰਤਾ, ਮਾਨਤਾਨ ਤੁਹਾਨੂੰ ਦੱਸਤਾ ਵਿੱਚ ਵੀ 2,000 ਮਾਨਤਾਨ ਹੋ ਜੂਗਾ। ਜਿਹੜੇ ਵੀਰ ਨੂੰ ਜਾਨਵਰ ਪਸੰਦ ਆਵੇ ਬਾਈ ਨਾਲ ਸੰਪਰਕ ਕਰ ਲਓ, 1 ਨੰਬਰ ਨਾਲ ਵੱਛਾ ਤੇ 2 ਨੰਬਰ ਤੇ ਚੱਲਦੇ ਆ। ਵੱਛੀ ਹੈ ਬਾਈ, ਇਹਦੀ ਕੀ ਡਿਟੇਲ ਆ ਬਾਈ? ਇਹ ਵੀਰ 14 ਮਹੀਨੇ ਦੀ ਵੱਛੀ ਆ। ਅੱਛਾ, 14 ਮਹੀਨੇ ਦੀ ਵੱਛੀ? ਹਾਂ, ਮੂੰਹ ਖੀਰੀ ਆ। ਮੂੰਹ ਖੀਰੀ ਆ? ਹਾਂਜੀ। ਠੀਕ ਹੈ, ਤੋਰ ਦੀ ਮੜਾ ਦੋਸਤੋ, 14 ਮਹੀਨੇ ਦੀ ਬੱਚੀ ਆ, ਮੂੰਹ ਖੀਰੀ ਆ, ਕੱਦ ਕੱਦ ਤੁਹਾਡੇ ਸਾਹਮਣੇ ਆ, ਪ੍ਰਿੰਟ ਪ੍ਰੁੰਟ ਬਹੁਤ ਚੰਗਾ ਹੈ, ਜਾਤ ਕੁਆਲਿਟੀ 28 ਲੀਟਰ ਦਾ ਰਿਕਾਰਡ ਸੀ ਵੀਰੇ ਮਾਂ ਦਾ, ਬਹੁਤ ਚੰਗੀ। 27-28 ਲੀਟਰ ਦਾ? ਹਾਂ, ਬਹੁਤ ਚੰਗੀ ਗਾਂ ਦੀ ਬੱਚੀ ਬਾਈ ਨਾ। 27-28 ਲੀਟਰ ਦਾ ਰਿਕਾਰਡ ਸੀ ਇਹਦੀ ਮਾਂ ਦਾ, ਬਾਕੀ ਤੁਸੀਂ ਸਮਝ ਕਰਨੀ। ਆਪਾਂ ਥਣ ਹਵਾਨਾ ਤੁਹਾਨੂੰ ਦਿਖਾਵਾਂਗੇ, ਇਹਦੇ ਥਣ ਬਹੁਤ ਚੰਗੇ ਲੱਗੇ, ਨੇੜੇ ਆ ਜਾਂਦੇ ਨੇੜੇ ਦਿਖਾਉਣੇ। ਕੱਦ ਖੜ ਤੁਹਾਨੂੰ ਦਿਖਾਤਾ ਤੋਰ ਕੇ, ਪ੍ਰਿੰਟ ਪ੍ਰੁੰਟ ਇਹਦਾ ਬਹੁਤ ਚੰਗਾ ਹੈ।
ਹੈ ਪਤਾ ਜ਼ਿਆਦਾ ਕੁਆਲਿਟੀ ਫੁੱਲ ਆ ਕੰਨ ਕੁੰਨ ਵੀ ਸੋਹਣੇ ਧੋਤ ਦੀ ਵੀ ਮਾੜਾ ਜਿਹਾ ਦੇਖ ਸਕਦੇ ਮੈਂ ਬੰਨ ਜੀ ਪਥਾਣ ਹੋਣਾ ਦਿਖਾ ਦਿੰਦੇ ਪਿੱਛੇ ਤੋਂ ਤੋਰਾ ਤੁਹਾਨੂੰ ਦਿਖਾ ਹਾਂ ਲਿਓੜੀ ਦੇ ਬੱਚੀ ਨੂੰ ਬਹੁਤ ਚੰਗੀ ਲੱਗਦੀ 14 ਮਹੀਨੇ ਉਮਰ ਰੱਖੀ ਦੀ ਹੈ ਮੂੰਹ ਆ ਕੇ ਚੈੱਕ ਕਰ ਲਿਓ ਬਾਕੀ ਚਾਰੇ ਥਣ ਲੱਗੇ ਹੋਏ ਮੜੇ ਥਣ ਦਿਖਾ ਦਈਏ ਇਹਦੇ ਦੇਖ ਸਕਦੇ ਦੋਸਤੋ ਚਾਰੇ ਥਣ ਲੱਗੇ ਚਾਰੇ ਥਣ ਆ ਯਾਰ ਬਾਈ ਚਾਰੇ ਥਣ ਆ ਬਾਕੀ ਝੋਲੀ ਬਹੁਤ ਚੰਗੀ ਤਿਆਰ ਕੀਤੀ ਹੋਈ ਆ ਇੱਕ ਮਾੜਾ ਜਿਹਾ ਲੱਗਦੀ ਹੈ ਨਾ ਇੱਕ ਮਾੜਾ ਜਿਹਾ ਬਾਈ ਇਹ ਇਹਦੇ ਚ ਕੋਈ ਸਰਾਖ ਨਹੀਂ ਚੈੱਕ ਕੀਤਾ ਵਾ ਠੀਕ ਹੈ ਸਹੀ ਹੈ ਬਾਕੀ ਥਣ ਮੋਟੇ ਲੱਗੇ ਹੋਏ ਥਣ ਤੁਹਾਨੂੰ ਦਿਖਾ ਤੇ ਕੱਦ ਗੱਠ ਵੀ ਚੰਗਾ ਤੇ ਇਹਦੇ ਕੋਈ ਮੁੱਲ ਦੀ ਗੱਲ ਕਰੀਏ ਰੇਟ ਇਹਦਾ ਇਹ ਮੁੱਲ ਵੀਰੇ ਆਪਾਂ ਜੋੜਾ ਹੀ ਦੇ ਦਾਂਗੇ ਅੱਛਾ ਜੋੜੇ ਦਾ ਕਰ ਦਾਂਗੇ ਹਾਂ ਜੋੜੇ ਦਾ ਹੀ ਕਰ ਦਾਂਗੇ ਕੋਈ ਨਾ ਬੱਚੀ ਦਿਖਾ ਦੇ ਚਲਾ ਬੱਚੀ ਦਿਖਾਣੇ ਇਹਦਾ ਆਪਣਾ ਪਥਾਣਾ ਹਵਾਨਾ ਹੀ ਦਿਖਾਣੇ ਪਹਿਲਾਂ ਨੇ ਪਤਾ ਬਾਣੀ ਜਾਂ ਝੋਲੀ ਹੋਈ ਜੀ ਦੋਸਤੋ ਬਣਾ ਜੇ ਕਿਤੇ ਬਹੁਤ ਚੰਗੀ ਆ ਹਾਂ ਬਹੁਤ ਚੰਗੀ ਝੋਲੀ ਹੈ ਬੱਚੀ ਠੀਕ ਹੈ ਝੋਲੀ ਤੁਹਾਡੇ ਸਾਹਮਣੇ ਆ ਵੈਥੂ ਬਹੁਤ ਚੰਗੀ 26 27 ਲੀਟਰ ਇਹਦੀ ਮਾਂ ਦਾ ਰਿਕਾਰਡ ਸੀਗਾ ਇਹਦੀ ਮਾਂ ਦਾ ਵੀ 26 27 ਲੀਟਰ ਸੀ ਇਹਦੀ ਉਮਰ ਕਿੰਨੀ ਹੈ ਬਾਈ ਗ੍ਰੇਡ ਇਹਦੀ ਬਾਈ ਹੈਗੀ ਹੈ 11 ਮਹੀਨੇ ਅੱਛਾ 11 ਮਹੀਨੇ ਆ ਬੱਚਾ ਹੀ ਆ ਇਹਦਾ 10 11 ਮਹੀਨੇ ਦਾ 11 ਮਹੀਨੇ ਉਮਰ ਆ ਦੋਸਤੋ ਜਰਸੀ ਆ ਜਾਸੀਆਂ ਦੇ ਸਾਹਮਣੇ ਕੱਦ ਜਰਸੀ ਆ ਬਾਈ ਇਹਦੇ ਨਾਲ ਪੰਜਾਬ ਜਰਸੀ ਆ ਮੂੰਹ ਮੱਥੇ ਦੀ ਬੋਸ ਰੱਖੀ ਆ ਕਿਉਂਕਿ ਜਰਸੀਆਂ ਦੇ ਕੱਦ ਕਾਟ ਐਚਐਫ ਦੇ ਮੁਕਾਬਲੇ ਥੋੜੇ ਜਿਹੇ ਛੋਟੇ ਹੁੰਦੇ ਆ ਉਸ ਹਿਸਾਬ ਨਾਲ ਜੱਜਮੈਂਟ ਕਰਨੀ ਆ ਦੋਸਤੋ ਤੋਰ ਕੇ ਤੁਹਾਨੂੰ ਦਿਖਾਤੀ ਆ ਮੁੱਲ ਜੋੜੇ ਦੇ ਕਰਾ ਦਿੰਦੇ ਆ ਤੋਰ ਦੀ ਬੋ ਬਾਕੀ ਬਿਊਟੀ ਪੱਖ ਤੋਂ ਵੀ ਚੰਗੀ ਆ ਸਨੱਖੀ ਆ ਸੁੰਦਰ ਵੇੜ ਆ ਕੱਦ ਕਾਟ ਤੁਹਾਨੂੰ ਦਿਖਾਤਾ ਥਾਣਾ ਹੋਣਾ ਫੇਰ ਦਿਖਾਣੇ ਇੱਕ ਵਾਰੀ ਫੇਰ ਕੈਮਰਾ ਕਲੋਜ਼ ਕਰਕੇ ਦਿਖਾਤਾ ਦੇਖ ਬਾਈ ਕੋਈ ਨਾ ਯਾਰ ਇਹਨੂੰ ਦੱਬੜਾ ਦੀ ਝੋਲੀ ਨਹੀਂ ਆਏ ਬਣਾਈ ਖੜੀ ਕਰ ਮਾਨ ਠੀਕ ਹੈ ਸਹੀ ਹੈ ਬਈ ਇਹਨਾਂ ਹੁਣ ਜੋੜੇ ਦਾ ਮੁੱਲ ਦੱਸ ਦੇ ਫਿਰ ਜੋੜੇ ਦਾ ਮੁੱਲ ਕੀ ਕਰਤਾ ਇਹ ਵੀ ਜੋੜੇ ਦਾ ਮੁੱਲ ਹੈਗਾ 30000 ਅੱਛਾ 30000 ਰੁਪਿਆ ਬਸ 2000 ਮਾਨ ਹੋ ਜਾਊਗਾ ਜੋੜੇ ਅੱਛਾ ਇਹਦੇ ਚ ਵੀ ਮਾਨ ਤੁਹਾਨੂੰ ਹੋ ਜਾਊਗਾ ਬਸ 28000 ਜੋੜਾ ਦੇ ਦਾਂਗੇ ਠੀਕ ਹੈ ਦੋਸਤੋ ਮੁੱਲ 30000 ਕਰਤਾ ਬਾਈ ਨੇ 28000 ਦਾ ਦੇ ਦੇਣਾ 2000 ਤੁਹਾਡਾ ਮਾਨ ਤੁਹਾਨੂੰ ਹੋ ਜਾਊਗਾ ਇੱਕ ਨੰਬਰ ਜਿਹੜੀ ਸੱਜਰ ਸੂਈ ਵੀ ਆ ਉਹਦੇ ਚ ਵੀ ਮਾਨ ਤੁਹਾਨੂੰ ਤੁਹਾਡਾ ਹੋ ਜਾਊਗਾ ਪ੍ਰਾਈਸ ਵੀਡੀਓ ਦੇ ਵਿੱਚ ਹੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਜਿਹੜੇ ਵੀ ਨੂੰ ਜਾਨਵਰ ਪਸੰਦ ਆਵੇ ਬਾਈ ਨਾਲ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਦੋਸਤੋ ਵੀਡੀਓ ਜ਼ਰੂਰ ਸ਼ੇਅਰ ਕਰ ਦਿਆ ਕਰੋ